टीसी न्यूज ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਧੱਗੜ ਲੈ ਕੇ ਹਾਜ਼ਰ ਹਾਂ ਖਾਸ ਮੁਲਾਕਾਤ ਅੱਜ ਦੀ ਖਾਸ ਮੁਲਾਕਾਤ ਸਾਡੇ ਮਹਿਮਾਨ ਨੇ ओपी ਸੋਨੀ ਪੰਜਾਬ ਦੇ ਸਿੱਖਿਆ ਮੰਤਰੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋਨੀ ਜੀ ਵੈਲਕਮ ਥੈਂਕ ਯੂ ਥੈਂਕ ਯੂ ਸੋਨੀ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਜਦੋਂ ਮੰਤਰੀ ਬਣੇ ਹੋ ਤੁਸੀਂ ਕੀ ਪੋਜ਼ਿਟਿਵ ਚੇਂਜ ਲੈ ਕੇ ਆਏ ਹੋ ਹੁਣ ਤੱਕ ਕੋਈ ਚੰਗਾ ਕੰਮ ਕੀਤਾ ਹੋਵੇ ਫਰਸਟ ਕਲਾਸ ਕੀਤਾ ਹੋਵੇ ਇਹਦੇ ਬਾਰੇ ਮੈਂ ਤਾਂ ਨਹੀਂ ਦੱਸ ਸਕਦਾ ਲੋਕ ਦੱਸ ਸਕਦੇ ਨੇ ਮੈਨੂੰ ਅਜੇ 5 ਮਹੀਨੇ ਹੋਏ ਨੇ ਬਤੌਰ ਐਜੂਕੇਸ਼ਨ ਮਿਨਿਸਟਰ ਬੜਿਆ ਸੋ ਮੈਨੂੰ ਸੀਐਮ ਸਾਹਿਬ ਨੇ ਕੈਪਟਨ ਮਨਿੰਦਰ ਸਿੰਘ ਜੀ ਨੇ ਸੇਵਾ ਦਿੱਤੀ ਐ ਐਜੂਕੇਸ਼ਨ ਦੀ ਸੋ ਪੰਜਾਂ ਮਹੀਨਿਆਂ ਚ ਕਾਫੀ ਬਦਲਾਅ ਜਿਹੜੇ ਨੇ ਉਹ ਆਏ ਨੇ ਐਜੂਕੇਸ਼ਨ ਜੀ ਜਿੱਥੇ ਸਾਡੇ ਟੀਚਰ ਖਾਸ ਕਰਕੇ ਸਭ ਤੋਂ ਪਹਿਲਾਂ ਜਿਹੜੇ ਐਰਕਾਂ ਰਿਜ਼ਲਟ ਆਏ ਸੀ ਤੁਹਾਨੂੰ ਪਤਾ ਹੈ ਕਿ ਬੜੇ ਸੋਚਣ ਵਾਲੀ ਗੱਲ ਸੀ ਸਾਡੇ ਰਿਜ਼ਲਟ ਜਿਹੜੇ ਨੇ ਉਹ 50 60% ਦੇ ਕਰੀਬ ਆਇਆ ਬਾਰਡਰ ਏਰੀਆ ਦੇ ਸਕੂਲਾਂ 'ਚ ਉਹਤੇ ਹੋਰ ਵੀ ਸਾਡੇ ਰਿਜ਼ਲਟ ਘੱਟ ਸੀ ਪਰ ਉਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਸੀ ਜਿੱਤਰਾ ਉਹਨਾਂ ਸਕੂਲਾਂ 'ਚ ਟੀਚਰਾਂ ਦਾ ਨਾਮ ਹੋਣਾ ਨਕਲ ਦੀ ਪੂਰੀ ਤਰ੍ਹਾਂ ਬੰਦ ਕਰਨਾ ਸੋ ਇਹ ਵੀ ਕਾਰਨ ਸੀ ਸੋ ਉਹਨੂੰ ਵੇਖ ਤੇ ਆਵਾਂ ਕਹਿੰਗੇ ਸੀਐਮ ਸਾਹਿਬ ਬੜੇ ਚਿੰਤਤ ਸੀ ਇਸ ਮਸਲੇ ਲੈ ਕੇ ਜਿਹੜੇ ਰਿਜ਼ਲਟ ਆਏ ਸੀ ਸਕੂਲਾਂ ਦੇ ਸੋ ਅਸੀਂ ਉਹਨੂੰ ਵੇਖਦਿਆਂ ਹੋਇਆ 3500 ਟੀਚਰ ਦੀ ਨਵੀਆਂ ਸੀ ਅਪੁਆਇੰਟਮੈਂਟ ਕੀਤੀ ਮਾਸਟਰ ਡਿਗਰੀ ਦੇ ਜਿਹੜੇ ਟੀਚਰ ਸੀ ਸਾਰੇ ਟੀਚਰ ਜਿਹੜੇ ਨੇ ਅਸੀਂ ਬਾਰਡਰ ਜ਼ਿਲ੍ਹਿਆਂ 'ਚ ਭੇਜੇ ਨੇ ਹੂੰ ਬਾਰਡਰ ਏਰੀਆ 'ਚ ਭੇਜੇ ਨੇ ਬਾਡਰ ਦੇ ਪਿੰਡਾਂ 'ਚ ਭੇਜੇ ਨੇ ਜਿੱਥੇ ਬਹੁਤ ਜ਼ਿਆਦਾ ਜ਼ਰੂਰਤ ਸੀ ਟੀਚਰਾਂ ਦੀ ਤਾਂ ਕਿ ਸਾਡੇ ਪੰਜਾਬ ਦੀ এডੂਕੇਸ਼ਨ ਜਿਹਦਾ ਮਿਆਰ ਬਹੁਤ ਨੀਵਾ ਚੱਲ ਗਿਆ ਸੀ ਉਹਨੂੰ ਅਸੀਂ ਉੱਪਰ ਲੈ ਕੇ ਆ ਰਹੇ ਹਾਂ ਸੋ ਬਹੁਤ ਬਦਲਾਅ ਹੋਇਆ ਜੀ ਪੰਜਾਂ ਮਹੀਨਿਆਂ ਵਿੱਚ ਅੱਛਾ ਨਹੀਂ ਮੰਤਰੀ ਜੀ ਤੁਸੀਂ ਬਦਲਾਅ ਦੀ ਗੱਲ ਕਰ ਰਹੇ ਹੋ ਪੋਜ਼ਿਟਿਵ ਚੇਂਜਸ ਦੀ ਗੱਲ ਕਰ ਰਹੇ ਹੋ ਪਰ ਜੇ ਦੇਖਿਆ ਜਾਵੇ ਜਿਹੜੇ ਅਧਿਆਪਕ ਹੈ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਦੇ ਉਹ ਸੜਕਾਂ ਤੇ ਨੇ ਧਰਨੇ ਦੇ ਰਹੇ ਨੇ ਪ੍ਰੋਟੈਸਟ ਮਾਰਚਿਸ ਹੋ ਰਹੀਆਂ ਮੀਂਹ ਦੇ ਵਿੱਚ ਵੀ ਪ੍ਰੋਟੈਸਟ ਕਰ ਰਹੇ ਆ ਸੋ ਬਾਈ ਆਰਗੇਨਾਈਜੇਸ਼ਨਸ ਜਿਹੜਾ ਸੰਜਾ ਮੋਰਚਾ ਉਹ ਸਾਰੇ ਤੁਹਾਡੇ ਨਾਲ ਖਫਾ ਹੈ ਜਿੱਥੋਂ ਤੱਕ ਤੁਸੀਂ ਇਹ ਗੱਲ ਕੀਤੀ ਆ ਜਿਹੜੀਆਂ ਯੂਨੀయన్స్ ਨੇ ਜੀ ਵੇਖੋ ਜਿੰਨਾ ਮਰਜੀ ਕੰਮ ਕਰ ਲਓ ਇਹਨਾਂ ਆਪਣਾ ਢੋਲ ਵਜਾਈ ਜਾਣਾ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਦੋਂ ਦਾ ਮੈਂ ਮੰਤਰੀ ਬਣਿਆ ਉਦੋਂ ਅੱਗੇ ਨਾਲੋਂ ਕੰਮ ਇਸ ਕੰਮਾ 80% ਦਾ ਫਰਕ ਆ ਧਰਿਆਂ ਦਾ ਜੀ ਤਰਨੇ ਮਜਾਰੇ ਜਿਹੜੇ ਕਿਸੇ ਚੀਜ਼ ਦਾ ਹੱਲ ਨਹੀਂ ਮੈਂ ਯੂਨੀਅਨਸ ਨੂੰ ਬਲਾਬਲਾ ਮੀਟਿੰਗਾਂ ਕੀਤੀਆਂ ਨੇ ਕਾਫੀ ਡਿਮਾਂਡਸ ਵੇਖੋ ਜਿਹੜੀ ਜਾਇਜ਼ ਮੰਗਣੇ ਇਹਨਾਂ ਨੇ ਉਹ ਤਾਂ ਅਸੀਂ ਵੈਸੇ ਮੰਨਦੇ ਹਾਂ ਹੂੰ ਹੂੰ ਅਸੀਂ ਵੈਸੇ ਮੰਨ ਰਹੇ ਹਾਂ ਸੋ ਮੈਂ ਥੋੜਾ ਜਿਹਾ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਧਰਨੇ ਮਜਾਰੇ ਕਿਸੇ ਚੀਜ਼ ਦਾ ਹੱਲ ਨਹੀਂ ਹੂੰ ਉਹ ਮੈਂ ਕਰਤਾ ਜਿਹੜਾ ਬੱਚਿਆਂ ਦੇ ਟਾਈਮ ਜਦੋਂ ਸਕੂਲ ਦਾ ਟਾਈਮ ਹੈ ਉਹ ਕੋਈ ਧਰਨਾ ਨਹੀਂ ਦੇ ਦਤੂਗਾ ਹੂੰ ਵਰਕਿੰਗ ਡੇ ਵਾਲੇ ਦਿਨ ਕੋਈ ਧਰਨਾ ਨਹੀਂ ਦਊਗਾ ਹਾਂ ਸਕੂਲਾਂ ਦੀ ਛੁੱਟੀ ਹੋ ਜੇ ਛੁੱਟੀ ਤੋਂ ਬਾਅਦ ਧਰਨਾ ਦੇਣ ਸਾਨੂੰ ਕੋਈ ਰੋਸ ਨਹੀਂ ਜਿਹੜਾ ਟੀਚਰ ਜਿਹੜਾ ਲੀਡਰ ਯੂਨੀਅਨ ਦਾ ਉਹ ਬੱਚਿਆਂ ਦਾ ਟਾਈਮ ਵੇਸਟ ਕਰੂਗਾ ਸਕੂਲ ਦੇ ਟਾਈਮ ਤੇ ਧਰਨਾ ਦੇਊਗਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਦੇ 'ਚ ਅਸੀਂ ਐਕਸ਼ਨ ਵੀ ਲਏ ਨੇ ਅਸੀਂ ਸਸਪੈਂਡ ਵੀ ਕੀਤੇ ਨੇ ਅਸੀਂ ਦੂਰ ਦੂਰ ਬਤਰੀਆਂ ਵੀ ਉਹਨਾਂ ਲੀਡਰਾਂ ਦੀਆਂ ਕੀਤੀਆਂ ਨੇ ਤੁਸੀਂ ਬੱਚਿਆਂ ਨੂੰ ਕਿਉਂ ਨਹੀਂ ਏਵੈਲੂਏਸ਼ਨ ਦੀ ਪਾਵਰਸ ਦੇ ਦਿੰਦ ਕੇ ਬੱਚਿਆਂ ਨੂੰ ਪੁੱਛੋ ਵੀ ਫਲਾਣਾ ਟੀਚਰ ਤੁਹਾਨੂੰ ਕਿਹੋ ਜਿਹਾ ਲੱਗਦਾ ਉਹਨੂੰ ਦਸਾਂ ਚੋਂ ਅਜੇ ਨੰਬਰ ਦਿਓ ਤੇ ਅਲਟੀਮੇਟਲੀ ਟੀਚਰ ਦੀ ਤਨਖਾਹ ਪ੍ਰੋਮੋਸ਼ਨ ਸੈਲਰੀ ਉਹਦੇ ਨਾਲ ਲਿੰਕ ਕਰੋ ਵੇਖੋ ਇਹ ਤੁਹਾਡੀ ਬਿਲਕੁਲ ਗੱਲ ਠੀਕ ਹੈ ਵੀ ਬੱਚਿਆਂ ਨੂੰ ਪੁੱਛ ਕੇ ਕਰੋ ਪਰ ਬੱਚਿਆਂ ਦੇ ਤੁਹਾਨੂੰ ਪਤਾ ਕਿਸੇ ਵੀ ਚੀਜ਼ ਤੇ ਜਿਹਦਾ ਹੈਡ ਹੁੰਦਾ ਨਾਲ ਉਹਦਾ ਥੋੜਾ ਪਤਾ ਪ੍ਰਭਾਵ ਹੁੰਦਾ ਸੋ ਬੱਚੇ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਨੇ ਅੰਡਰ ਪ੍ਰੈਸ਼ਰ ਅੰਡਰ ਪ੍ਰੈਸ਼ਰ ਨਹੀਂ ਕਰ ਸਕਦੇ ਬੱਚੇ ਬੱਚੇ ਜਿਹੜੇ ਨੇ ਬੱਚੇ ਨਾਲ ਦਾ ਟੀਚਰ ਜਿਹੜਾ ਹੈ ਉਹ ਹੈਡਿਆ ਉੱਥੇ ਜੀ ਸੋ ਇਸ ਕਰਕੇ ਬੱਚੇ ਵੀ ਜਿਹੜੇ ਨੇ ਉਹ ਇਹੋ ਜਿਹਾ ਡਿਸੀਜਨ ਨਹੀਂ ਲੈ ਸਕਦੇ ਬੱਚਿਆਂ ਨੂੰ ਅਸੀਂ ਸਕੂਲਾਂ 'ਚ ਮੈਂ ਵਿਜ਼ਿਟ ਕਰਨ ਜਾਣਾ ਮੈਂ ਬੱਚਿਆਂ ਨੂੰ ਪੁੱਛਣਾ ਉੱਥੇ ਬੱਚਿਆਂ ਨੂੰ ਖੜਿਆ ਕਰਕੇ ਬੱਚਿਆਂ ਨੂੰ ਪੁੱਛੀਦਾ ਬੇਟਾ ਤੁਹਾਨੂੰ ਮੁਸ਼ਕਲ ਕੀ ਹੈ ਬੁੱਕਸ ਨਹੀਂ ਮਿਲਦੀਆਂ ਟਾਈਮ ਨਾਲ ਉਹਾਂ ਦੇ ਨਹੀਂ ਜੀ ਮਿਲਦੀਆਂ ਨੇ ਤੁਹਾਨੂੰ ਖਾਣਾ ਨਹੀਂ ਮਿਲਦਾ 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 ਜੀ ਟੀਚਰ ਪੜਾਉਂਦਾ ਜੀ ਪੜਾਉਂਦਾ ਜੀ ਹਰ ਚੀਜ਼ ਉਹ ਟੀਚਰ ਨੂੰ ਵੇਖ ਕੇ ਐਸੀ ਕਰੀ ਜਾਂਦੇ ਨੇ ਯਾਤਸੀ ਕਰੀ ਜਾਂਦੇ ਨੇ ਸਭ ਕੁਝ ਜੀ ਠੀਕ ਹੈ ਬੱਚੇ ਨਹੀਂ ਦੱਸਦੇ ਬੱਚਿਆਂ ਨੂੰ ਟੀਚਰ ਜਿਹਨੇ ਬੱਚਿਆਂ ਦੇ ਕੋਲ ਸਾਰਾ ਦਿਨ ਰਹਿਣਾ ਬੱਚਿਆਂ ਦੇ ਕੋਲ ਰਹਿਣਾ ਉਹਦਾ ਵੀ ਫਿਰ ਡਰ ਹੁੰਦਾ ਥੋੜਾ ਬਤਾ ਬੱਚੇ ਇਹ ਜਾਂ ਡਿਸੀਜਨ ਨਹੀਂ ਲੈ ਸਕਦੇ ਇਹ ਸਾਨੂੰ ਵੇਖਣਾ ਪਏਗਾ ਇਹ ਉੱਪਰ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਵੇਖਣਾ ਪਏਗਾ ਹੁਣ ਅਸੀਂ ਸਾਰੇ ਪੰਜਾਬ ਨੂੰ ਚਾਰ ਜ਼ੋਨਾਂ ਜਮੰਦ ਰਹੇ ਹਾਂ ਹੂੰ ਸੋ ਹਰ ਬੰਦੇ ਜਿਹੜਾ ਚੈਕਿੰਗ ਜਿਹੜੀ ਹੈ ਸਕੂਲਾਂ ਦੀ ਉਹ ਸਾਡੇ ਆਫਿਸਿਸ ਬਣ ਕਰਦੇ ਨੇ ਨਿਹਰੇ ਦਫਤਰਾਂ ਦੀ ਚੰਦੀਗੜ੍ਹ ਨਹੀਂ ਬੈਣਗੇ। ਵਜ਼ੀਰ ਸਾਹਿਬ ਤੁਸੀਂ ਇਹ ਦੇਖੋ ਤੁਸੀਂ ਰਿਜ਼ਲਟ ਚੰਗੇ ਮੰਗ ਰਹੇ ਹੋ ਟੀਚਰਸ ਤੋਂ ਪਰ ਟੀਚਰਸ ਨੂੰ ਤੁਸੀਂ 5178 ਟੀਚਰ ਇਹੋ ਜੇ ਐਮਏ ਬੀਐਡ ਜਿਨ੍ਹਾਂ ਨੂੰ ਸਿਰਫ ਤੁਸੀਂ 6000 ਰੁਪਏ ਦੇ ਰਹੇ ਹੋ ਪਰੰਤ ਦੇਖੋ 35000 ਤੋਂ ਉੱਤੇ ਈਜੀਟੀ ਟੀਚਰ ਹੈ ਜਿਨ੍ਹਾਂ ਨੂੰ ਸਿਰਫ 5000 ਰੁਪਏ ਮਿਲ ਰਿਹਾ ਹੈ। ਸੋ ਜਿਹੜੇ ਐਸਐਸਆਈ ਸਕੀਮ ਵਾਲੇ ਟੀਚਰ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਜੇ ਪੱਕੇ ਹੋਣਾ 10000 ਰੁਪਏ ਦੇਵਾਂਗੇ ਸੋ ਇਹ ਜਿਹੜੀ ਤਨਖਾਹ ਹੁੰਦੀ ਹੈ ਵੱਧਦੀ ਹੁੰਦੀ ਹੈ ਘਟ ਰਹੀ ਹੈ ਦੇਖੋ ਮੈਂ ਦੱਸ ਰਿਹਾ ਨਹੀਂ ਘਟ ਨਹੀਂ ਰਹੀ ਅਸੀਂ ਜਿਹੜੇ ਟੀਚਰ ਜਦੋਂ ਭਰਤੀ ਕਰੀਦੇ ਨੇ ਹੁਣ ਭਰਤੀ ਜਿਹੜੀ ਕੀਤੀ ਹੈ ਅਸੀਂ ਉਹ 3 ਸਾਲ ਵਾਸਤੇ ਜਿਹੜੀ ਭਰਤੀ ਹੋਈ ਹੈ 10300 ਦੇ ਭਰਤੀ ਹੋਈ ਹੈ ਹੂੰ ਉਹ ਵੇਖੋ ਆਪਣਾ ਪੀਰੀਅਡ ਪੂਰਾ ਕਰਨੀ ਹੈ ਉਹਨਾਂ ਨੂੰ ਪੱਕਿਆ ਕਰਨਾ ਅਸੀਂ ਹੂੰ ਘਰ ਵੀ ਰਿਹਾ ਉਹ ਪ੍ਰੋਪੋਜ਼ਲ ਚੱਲ ਵੀ ਰਹੀ ਹੈ ਜਿਹੜੇ ਟੀਚਰ ਸਾਡੇ ਨੇ ਜਿਹੜੇ 3 ਸਾਲ ਹੋ ਗਏ 10 ਤੇ 30 ਦੋਨਾਂ ਦਾ ਕਾਰਜ ਇਹ ਕੋ ਟੀਚਰ ਨੇ ਜਿਹੜੇ ਸੈਡੀਆਂ ਤੇ ਰਾਹੀਂ ਭਰਤੀ ਹੋਏ ਨੇ ਜਿਹੜੀਆਂ ਸੈਂਟਰ ਸਕੀਮਸ ਨੇ ਚਾਹੇ ਸਾਡੀ ਸਰਬ ਸਿੱਖਿਆ ਵਿਹਾਰਿਆ ਉਹਦੇ ਚ ਆਉਂਦੇ ਨੇ ਚਾਹੇ ਦੂਸਰੀਆਂ ਸੈਡੀਆਂ ਨੇ ਸੋ ਪੰਜ ਸੈਡੀਆਂ ਨੇ ਜਿਨ੍ਹਾਂ ਦੇ ਥਰੂ ਇਹ ਭਰਤੀ ਹੋਏ ਨੇ ਇਹ ਕੋਈ 9000 ਦੇ ਕਰੀਬ ਟੀਚਰ ਆ ਸੋ ਅਸੀਂ ਉਹਨਾਂ ਦਾ ਵੀ ਸੋਚ ਰਹਾ ਉਹਨਾਂ ਨੂੰ ਕੋਈ ਸਰਕਾਰ ਵੱਲੋਂ ਨਹੀਂ ਰੱਖੇਗਾ ਸੈਡੀਆਂ ਨੂੰ ਰੱਖੇਗਾ ਉਹ ਹੁਣ 88 99 ਸਾਲ ਉਹਨਾਂ ਨੂੰ ਹੋ ਗਏ ਨੇ ਹੂੰ ਹੂੰ ਸੋ ਉਹਨਾਂ ਨੂੰ ਅਸੀਂ 45000 ਰੁਪਿਆ ਦੇ ਰਹੇ ਹਾਂ ਪਹਿਲੋਂ ਇਹਨਾਂ ਦਾ ਸਾਰਾ ਸਿਸਟਮ ਜਿਹੜਾ ਸੀ ਸੈਂਟਰ ਗਵਰਨਮੈਂਟ ਜਿਹੜੀ ਸੀ 60% ਉਹ ਦਿੰਦੀ ਸੀ ਹੂੰ ਹੂੰ 40% ਸਟੇਟ ਦਿੰਦੀ ਸੀ ਇਹਨਾਂ ਦੀ ਜਿਹੜੀ ਸਾਧਰਜੀ ਹੁਣ ਸੈਂਟਰ ਵਾਲੇ ਪੱਲਾ ਝਾਰਤਾਵਾਰ ਦੇ ਦੀ ਅਸੀਂ ਤੇ 15000 ਹੀ ਦੇਣਾ ਕੀ ਚਾਹੇ ਤੁਹਾਡੇ ਡਿਪਾਰਟਮੈਂਟ ਚ ਅਧਿਆਪਕਾਂ ਦੀਆਂ ਵੈਕੈਂਸੀਜ਼ ਕਿੰਨੀਆਂ ਕਿ ਪਈਆਂ ਤੇ ਕਦੋਂ ਤੋਂ ਪਈਆਂ ਦੇਖੋ ਵੈਕੈਂਸੀਆਂ ਹੈ ਕਿ ਨਹੀਂ ਅਸੀਂ ਲੋਰ ਦੇ ਮੁਤਾਬਕ ਜੜੀਆਂ ਨੇ ਹੁਣ ਜਿਸ ਤਰ੍ਹਾਂ ਅਸੀਂ 3500 ਮੈਂ ਦੱਸਿਆ ਹੀ ਆ 3500 ਟੀਚਰਾਂ ਦੀ ਅਪੁਆਇੰਟਮੈਂਟ ਅਸੀਂ ਕੀਤੀ ਹੈ ਹੂੰ ਹੋਰ ਵੀ ਅਸੀਂ ਅਜੇ ਪਹਿਲੇ ਜਿਹੜੇ ਨੇ ਜਿਹੜਾ ਸੋਸਾਇਟੀਆਂ ਦਾ 9000 ਟੀਚਰ ਦੱਸਦੇ ਆ ਉਹਦਾ ਅਸੀਂ ਕਰ ਰਹੇ ਹੁਣ ਅਸੀਂ ਇਹਨਾਂ ਨੂੰ ਸਰਕਾਰ ਲੈਵਲ ਤੇ ਭਰਤੀ ਕਰਨੇ ਪੱਕੀ ਭਰਤੀ ਇਹਨਾਂ ਦੀ ਕਰ ਰਹੇ ਆ ਜਿੰਨਾ ਪੰਜਾਬ ਦਾ ਬਜਟ ਹੈ ਉਹਦਾ ਸਿਰਫ 3% ਜਦੋਂ ਕਿ ਜਿਹੜੇ ਵਿਕਸਿਤ ਦੇਸ਼ ਹੈ ਉੱਥੇ 25 ਤੋਂ 30% ਬਜਟ ਦਾ ਜਿਹੜਾ ਹੁੰਦਾ ਹੈ ਖਰਚਾ ਕੀ ਤੱਕ ਹੈ ਅਜੀਵ ਦਾ ਰਹੇ ਜੀ ਬਜਟ ਐਜੂਕੇਸ਼ਨਲ ਬਜਟ ਦੀ ਉਦਾਹਰਣ ਹੈ 3% ਵਾਲੀ ਗੱਲ ਨਹੀਂ ਜਿਆਦਾ ਖਰਚ ਹੋ ਰਿਹਾ ਐਜੂਕੇਸ਼ਨ ਤੇ ਇਹ ਸ਼ਾਇਦ ਅੰਕੜੇ ਜਿਹੜੇ ਨੇ ਮੇਰੇ ਕੋ ਨਹੀਂ ਆਏ ਪਰ 3% ਜਿਹੜਾ 9000 ਕਰੋੜ ਰੁਪਏ ਤੇ ਖਰਚੀ ਜਾ ਰਹੀ ਹੈ ਹੋਰ ਵੀ ਤੁਸੀਂ ਵੇਖੋ ਜੇ ਸਕੂਲ ਚ ਲਾਉਨੇ ਆ ਉਹਨਾਂ ਵਾਸਤੇ ਕਈ ਕੁਝ ਚਾਹੀਦਾ ਸਾਨੂੰ ਹਮ ਹਮ ਅਸੀਂ ਹੁਣ 1000 ਕਰੋੜ ਰੁਪਇਆ ਇਸ ਸਾਲ ਖਰਚ ਕਰ ਰਹੇ ਹਾਂ ਸਕੂਲਾਂ ਤੇ ਅੱਜ ਦੇ ਜ਼ਮਾਨੇ ਦੀ ਜਿੰਨਾ ਜਿਹੜਾ ਐਜੂਕੇਸ਼ਨ ਟਿਕਣੀ ਉਹਨਾਂ ਜਦ ਮੈਂ ਸਮਝਿਆ ਕੋਈ ਸਿਸਟਮ ਠੀਕ ਨਹੀਂ। ਮੈਨੂੰ ਐਸੇ ਆਮ ਤੌਰ ਤੇ ਇਹ ਮੰਨਿਆ ਜਾਂਦਾ ਜੀ ਜਿਹੜਾ ਸਿਆਸਤਦਾਨ ਹੈ ਉਹ ਜਨਤਾ ਨੂੰ ਜਨਾਰਦਨ ਨੂੰ ਐਜੂਕੇਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਫਿਰ ਉਹ ਮੂਰਖ ਬੰਨੋਂ ਹਟ ਜਾਂਦੀ ਹੈ। ਤੁਸੀਂ ਗੱਲ ਪੜਾ। ਇਹ ਤੁਸੀਂ ਗੱਲ ਜਿਹੜੀ ਕੀਤੀ ਆਲਾ ਇਹ ਮੈਂ ਸਮਝਦਾ ਵੀ ਗੱਲ ਜਿਹੜੀ ਆ ਇਹ ਬੜੀ ਉਹ ਜਿ ਤਰ੍ਹਾਂ ਕਹਿੰਦੇ ਨਹੀਂ ਹੁੰਦੇ ਵੀ ਪਿੰਡਾਂ ਵਾਲੀ ਗੱਲ ਆ। ਜੀ ਸਾਡੇ ਪੁਰਾਣੇ ਬਜ਼ੁਰਗਾਂ ਵਾਲੀ ਗੱਲ ਜਿਹੜੀ ਉਹ ਤੁਸੀਂ ਕੀਤੀ ਆ ਪਰ ਨਹੀਂ ਹੁਣ ਯੁੱਗ ਬਦਲ ਗਿਆ। ਹੁਣ ਕੋਈ ਵੀ ਮੂਰਖ ਨਹੀਂ ਬੰਦਾ। ਹੁਣ ਸਾਰੇ ਸਿਆੜੇ ਨੇ ਵੇਖੋ ਦਿਮਾਗ ਸਾਰਿਆਂ ਦਾ ਉਹ ਸਿਸਟਮ ਜਿਹੜਾ ਹੈ ਵੀ ਮੂਰਖ ਬਣਾ ਕੇ ਤੁਸੀਂ ਅੱਜ ਕਿਸੇ ਨੂੰ ਰਾਜ ਕਰ ਲੋਗੇ ਉਹ ਨਹੀਂ ਤੁਸੀਂ ਵੇਖੋ মিডিਆ ਦਾ ਯੋਗਿਆ ਹੁਣ ਤੇ ਤੁਹਾਡਾ ਹੀ ਯੋਗਿਆ মিডিਆ ਦਾ ਯੋਗਿਆ ਜਰਾ ਕਿ ਇਧਰ ਉਧਰ ਹੋਏ ਨਹੀਂ ਤੇ ਤੁਸੀਂ মিডিਆ ਦਾ ਸੋਚਿਤ ਦੱਬਿਆ ਨਹੀਂ ਸੋ ਇਸ ਕਰਕੇ ਬੜਾ ਐਕਟਿਵ ਰਹਿਣਾ ਪੈਂਦਾ ਸਿਆਸੀ ਨੂੰ ਵੀ ਕੰਮ ਕਰਨਾ ਪੈਂਦਾ ਹੁਣ ਕੰਮ ਦਾ ਮੁੱਲ ਹੈ ਜੀ ਕੋਈ ਗੱਲ ਨਹੀਂ ਅੱਛਾ ਵਜ਼ੀਰ ਸਾਹਿਬ ਇਹ ਦੱਸੋ ਤੁਸੀਂ ਪ੍ਰੀ ਪ੍ਰਾਇਮਰੀ ਸ਼ੁਰੂ ਕੀਤੀ ਹੈ ਹੂੰ ਹੂੰ ਔਰ ਸੀਐਮ ਸਾਹਿਬ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ 3 ਸਾਲ ਤੋਂ ਐਡਮਿਟ ਕਰਕੇ ਅੰਗਰੇਜ਼ੀ ਸਿਖਾਈ ਜਾਏਗੀ ਕਿਉਂਕਿ ਫਾਊਂਡੇਸ਼ਨ ਸਟਰੋਂਗ ਹੋਣੀ ਚਾਹੀਦੀ ਬੱਚਿਆਂ ਦੀ ਬਿਲਕੁਲ ਠੀਕ ਹੈ 인ਫਰਾਸਟ੍ਰਕਚਰ ਹੈ ਹੀ ਨਹੀਂ ਕੋਈ ਟੀਚਰ ਨਹੀਂ ਹੈ ਨਹੀਂ 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 ਹੁਣ ਉਹ ਗੱਲ ਨਹੀਂ ਰਹੀ ਤੁਸੀਂ ਜਾ ਕੇ ਸਾਡੇ ਸਕੂਲਾਂ 'ਚ ਵੇਖੋ ਹੁਣ ਅਸੀਂ ਇੰਗਲਿਸ਼ ਚੜ੍ਯਾਓ ਪ੍ਰਾਇਮਰੀ ਤੋਂ ਪ੍ਰੀ ਪ੍ਰਾਇਮਰੀ ਤੋਂ ਅਸੀਂ ਬੱਚਿਆਂ ਨੂੰ ਪੜਾ ਰਹੇ ਹੁਣ ਅਸੀਂ ਟੀਚਰ ਜਿਹੜੇ ਇੰਗਲਿਸ਼ ਵਾਲੇ ਅਸੀਂ ਬੱਚੇ ਜਿਹੜੇ ਨੇ ਪੜਾਉਣੇ ਨੇ ਸਾਡੀ ਸੋਚ ਜਿਹੜੀ ਆ ਸੀਐਫ ਸਾਹਿਬ ਦੀ এডੂਕੇਸ਼ਨ ਬਾਰੇ ਦੀ ਆ ਸੋ ਹੁਣ ਤੁਸੀਂ ਵੇਖਿਓ ਤੁਹਾਨੂੰ ਥੋੜਾ ਕੰਮ ਕਰਨ ਦਿਓ ਛੇ ਮਹੀਨਿਆਂ ਬਾਅਦ ਇਹਦਾ ਰਿਜ਼ਲਟ ਵੇਖਿਓ ਵੀ ਤੁਹਾਨੂੰ ਕੋਈ ਨਾ ਕੋਈ ਰਿਜ਼ਲਟ ਜਿਹੜਾ ਇਹਦਾ ਪੋਜ਼ਿਟਿਵ ਹੀ ਦਿਸੂਗਾ ਨੈਗੇਟਿਵ ਨਹੀਂ ਦਿਸੂਗਾ ਪੰਜਾਬ ਦੀ এডੂਕੇਸ਼ਨ ਜਿਹੜੀ ਆ ਉਹ ਅੱਗੇ ਜਾਊਗੀ ਉਹਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਸੈਪਰੇਟ ਡਾਇਰੈਕਟੋਰੇਟ ਹੋਣਾ ਚਾਹੀਦਾ ਜਿਵੇਂ ਹਾਈ ਸਕੂਲ ਦਾ ਅਲੱਗ ਡਾਇਰੈਕਟੋਰੇਟ ਹੈ ਪ੍ਰਾਇਮਰੀ ਦਾ ਅਲੱਗ ਹੈ ਤੇ ਪ੍ਰੀ ਪ੍ਰਾਇਮਰੀ ਦਾ ਵੀ ਹੋਣਾ ਚਾਹੀਦਾ ਪ੍ਰਾਇਮਰੀ ਵਾਲਾ ਸਿਸਟਮ ਜਿਹੜਾ ਇਹ ਸਾਡੇ ਜਿਹੜਾ ਡੀਪੀਆਈ ਪ੍ਰਾਇਮਰੀ ਹੈ ਸੋ ਅਸੀਂ ਇਹਨੂੰ ਸਾਰਾ ਦਿੱਤਾ ਵੀ ਤੁਸੀਂ ਵੇਖੋ ਸੋ ਜੇ ਕੋਈ ਮੁਸ਼ਕਲ ਆਏਗੀ ਤੇ ਬਣਾਉਣਾ ਪੈਗਾ ਬਣਾਵਾਵਾਂਗੇ ਦੂਜਾ ਵजीर ਸਾਹਿਬ ਤੁਹਾਡੇ ਜਿਹੜੇ ਸੈਕਟਰੀ ਹੈ ਮਿਸਟਰ ਕ੍ਰਿਸ਼ਨ ਕੁਮਾਰੋ ਆਵਾਜ਼ ਆਈ ਇਹ ਫੀਡਿੰਗਸ ਤੋਂ ਕਿ ਕਾਫੀ ਰੇਡ ਕਰਦੇ ਆ ਸਕੂਲਾਂ ਚ ਜਾ ਕੇ ਤੁਸੀਂ ਵੀ ਆਪ ਵੀ ਕਿਹਾ ਕਿ ਤੁਸੀਂ ਵੀ ਦੌਰੇ ਕਰਦੇ ਹੋ ਹੁਣ ਇਹ ਕਿਹਾ ਜਾ ਰਿਹਾ ਕਿ ਇੱਕ ਪਾਸੇ ਤਾਂ ਸਾਰਾ ਦਫ਼ਤਰੀ ਕੰਮ ਕਾਜ ਉਹ WhatsApp ਤੇ ਕਰਾਉਂਦੇ ਆ ਦੂਜਾ ਫਿਰ ਜੇ ਦਫਤਰ ਸਕੂਲ ਚ ਕਿਸੇ ਟੀਚਰ ਕੋਲ ਮਾਸਟਰ ਕੋਲ ਫੋਨ ਫੜਿਆ ਜਾਵੇ ਸੁਣਦਾ ਉਹ ਤੇ ਉਹਨੂੰ ਸਸਪੈਂਡ ਕਰ ਦਿੰਦੇ ਜੇ ਟੀਚਰ ਕਲਾਸ ਚ ਜਾ ਕੇ 5-5 ਮਿੰਟ ਟੈਲੀਫੋਨੀ ਸੁਣਦੇ ਰਹਿਣਗੇ ਤੇ ਫਿਰ ਸਾਰਾ ਧਿਆਨ ਤੇ ਮੋਬਾਈਲ ਵੱਲ ਹੋਏਗਾ ਟੀਚੇ ਦਾ ਐਜੂਕੇਸ਼ਨ ਵੱਲ ਤੇ ਹੋਏਗਾ ਨਹੀਂ ਸੋ ਮੈਂ ਸਮਝਦਾ ਨਹੀਂ ਹੋਣਾ ਚਾਹੀਦਾ ਜੇ ਉਹ ਕਰ ਰਹੇ ਨੇ ਤੇ ਬਿਲਕੁਲ ਠੀਕ ਕਰ ਰਹੇ ਨੇ ਫਿਰ ਕਿਉਂ ਤੁਸੀਂ ਫਾਰਮਲ ਤੌਰ ਤੇ ਪਾਬੰਦੀ ਕਿਉਂ ਨਹੀਂ ਲਾ ਦਿੰਦੇ ਪਾਬੰਦੀ ਵੇਖੋ ਗੱਲ ਆ ਤੋਂ ਬੰਦੀ ਤੇ ਚਾਹੀਦੀ ਨੇ ਸਾਰਾ ਮੀਡੀਆ ਦਾ ਯੋਗਿਆ ਬੰਦੀ ਤੇ ਚਾਹੀਦੀ ਕਲਾਸ ਚ ਤੇ ਕਲਾਸ ਵਾਸਤੇ ਅਸੀਂ ਕਰ ਰਹੇ ਆ ਟੀਚਰਸ ਬਾਨ ਨੂੰ ਰਿਕਵੈਸਟ ਕੀਤੀ ਆ ਵੀ ਮੋਬਾਈਲ ਜਦੋਂ ਕਲਾਸ ਦਾ ਪੀਰੀਅਡ ਲੈਣਾ ਉਦੋਂ ਮੋਬਾਈਲ ਜਿਹੜਾ ਬਾਹਰ ਰੱਖ ਕੇ ਜਾਓ ਵਕਤ ਹੋ ਗਿਆ ਇੱਕ ਬ੍ਰੇਕ ਲੈਣ ਦਾ ਤੇ ਹੁਣ ਇਸ ਤੋਂ ਬਾਅਦ ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਦਾ سلسلہ ਜਾਰੀ ਰੱਖਾਂਗੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਥੋੜਾ ਸਕੂਲ ਦਾ ਐਨਵਲ ਮੇਨਟੇਨੈਂਸ ਗ੍ਰਾਂਟ ਹੁੰਦੀ ਆ 15000 ਦੀ ਉਹ ਤੁਸੀਂ ਬਿਲਕੁਲ ਬੰਦ ਕਰ ਦਿੱਤੀ ਕਿਸੇ ਸਕੂਲ ਨੂੰ ਪਿਛਲੇ 3 ਸਾਲ ਤੋਂ 2.5 ਸਾਲ ਤੋਂ ਮੇਨਟੇਨੈਂਸ ਗ੍ਰਾਂਟ ਨਹੀਂ ਦਿੱਤੀ ਜਿੱਥੋਂ ਤੱਕ ਮੇਨਟੇਨੈਂਸ ਦਾ ਜ਼ੋਹਲਿਆ ਅਸੀਂ ਉਹ ਸਿਸਟਮ ਸਾਰਾ ਚੇਂਜ ਕੀਤਾ ਹੈ ਅੱਗੇ ਗ੍ਰਾਂਟਾਂ ਜਾਂਦੀਆਂ ਸੀ ਉਹ ਐਵੇਂ ਵੇਸਟ ਹੁੰਦੀਆਂ ਸੀ ਹੁਣ ਅਸੀਂ ਇਸ ਸਾਲ ਅਸੀਂ ਕਮ ਸੇ ਕਮ 1 ਯਾਰ ਕਰੋੜ ਦੇ ਕਰੀਬ ਅਸੀਂ ਖਰਚ ਰਹੇ ਹਾਂ ਜਿੱਦਾਂ ਚ ਅਸੀਂ ਜਿਵੇਂ ਯੂਨੀਫਾਰਮ ਦੇ ਬੱਚਿਆਂ ਨੂੰ ਜਿਹੜੀਆਂ ਨੇ ਅਸੀਂ ਉਹਦਾ ਸਿਸਟਮ ਹੀ ਚੇਂਜ ਕਰ ਰਹੇ ਹਾਂ ਕਿ ਬੱਚੇ ਨੂੰ ਕਮ ਸਕੱਮ ਜਿਹੜੀ ਯੂਨੀਫਾਰਮ ਮਿਲਣੀ ਆ ਉਹ 1 ਸਾਲ ਤੇ ਚੱਲਣੀ ਚਾਹੀਦੀ ਹੈ ਬੱਚੇ ਜੀ ਉਹ ਜਿਹੜਾ ਸਿਸਟਮ ਨਾਲ ਹੋਏ ਜਿਹੜਾ ਬੱਚਿਆਂ ਦੀ 2 ਮਹੀਨੇ ਨਾਲ ਯੂਨੀਫਾਰਮ ਕੱਢੇ ਅਸੀਂ 90 ਕਰੋੜ ਰੁਪਇਆ ਖਰਚ ਕਰ ਰਹੇ ਹਾਂ ਯੂਨੀਫਾਰਮ ਓਕੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਕਿਤਾਬਾਂ ਫ੍ਰੀ ਦੇ ਰਹੇ ਬੱਚਿਆਂ ਨੂੰ ਹੂੰ ਉਹਦੇ ਤੇ ਤੁਹਾਨੂੰ ਪਤਾ ਹੀ ਆ ਕਿੰਨੇ ਪੈਸੇ ਬੁੱਕਸ ਤੇ ਲੱਗਦੇ ਨੇ ਸਾਰੀਆਂ ਕਿਤਾਬਾਂ ਜਿਹੜੀਆਂ ਸਾਡੇ ਮੈਨੀਫੈਸਟੋ ਸੀ ਸਾਡੇ ਸੀਐਮ ਸਾਹਿਬ ਨੇ ਉਹ ਤਾਂ ਕਿਹਾ ਸੀ ਕਿ ਸਾਡੀ ਸਰਕਾਰ ਆਏਗੀ ਅਸੀਂ ਬੱਚਿਆਂ ਨੂੰ ਕਿਤਾਬਾਂ ਫਰੀ ਦੇਾਂਗੇ ਸੋ ਸਾਰੀਆਂ ਬੁੱਕਸ ਜਿਹੜੀਆਂ ਬੱਚਿਆਂ ਨੂੰ ਫਰੀ ਦੇ ਰਹੇ ਅੱਗੇ ਕਿਤਾਬਾਂ ਸਾਡੀਆਂ ਲੇਟ ਮਿਲਦੀਆਂ ਸੀ ਪਿਛਲੀ ਾਰ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਬੱਚਿਆਂ ਦਾ ਲਾਅਸ ਹੋਇਆ ਪਰ ਹੁਣ ਅਸੀਂ ਇੱਕ ਮਹੀਨਾ ਐਡਵਾਂਸ ਬੱਚਿਆਂ ਦੀਆਂ ਕਿਤਾਬਾਂ ਜਿਹੜੀਆਂ ਆ ਕੇ ਤਿਆਰ ਕਰਾ ਲੈਣੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂਦੇ ਨਹੀਂ ਫਿਰ ਅਸੀਂ 21000 ਜਿਹੜੇ ਨੇ ਸਮਾਰਟ ਕਲਾਸਰੂਮ ਬਣਾ ਰਹੇ ਹਾਂ ਹਮ ਜਿੱਥੇ ਪ੍ਰੋਜੈਕਟਰ ਬੱਚਿਆਂ ਦੇ ਲੱਗਣੇ ਆ ਪਰਣ ਵਾਸਤੇ ਨਵੀਂ ਟੈਕਨੋਲੋਜੀ ਨਾਲ ਸੀ ਐਜੂਕੇਸ਼ਨ ਬੱਚਿਆਂ ਨੂੰ ਦੇ ਰਹੇ ਹਾਂ ਉਹਦੇ ਜਿਹੜਾ 64 ਕਰੋੜ ਰੁਪਇਆ ਸੀ ਖਰਚ ਕਰ ਰਹੇ ਹਾਂ ਇੱਕ ਸਾਲ ਚ ਜਾਂ 57 ਇੱਕ ਸਾਲ ਚ ਜੀ ਇੱਕ ਸਾਲ ਇੱਕ ਸਾਲ ਚ 880 ਸਕੂਲਾਂ ਚ ਜੀ ਹਰ ਇੱਕਾਂ ਸੋਲਰ ਪਲਾਨ ਜਿਹੜੇ ਉਹ ਲਾ ਰਹੇ ਆ 30 ਕਰੋੜ ਰੁਪਇਆ ਖਰਚ ਕੇ ਹਮ ਹਮ ਅਰ ਸੋ ਅੱਛੀ ਸਕੂਲਾਂ 'ਚ ਜਿਹੜੇ ਐਕਸਪੈਰੀਮੈਂਟ ਕਰ ਰਹੇ ਸੀ ਇਹ ਸਾਲ ਹੀ ਲਾਉਂਦੇ ਆ ਜੀ ਉਹਦੇ ਨਾਲ ਲਾਇਬ੍ਰੇਰੀ ਕਿਤਾਬਾਂ ਲਈ ਸੀ 5 ਕਰੋੜ 22 5 ਕਰੋੜ 22 ਲੱਖ ਰੁਪਏ ਖਰਚ ਕਰਦੇ ਸਪੋਰਟਸ ਵਾਸਤੇ ਜਿਹੜਾ ਅਸੀਂ ਨਵਾਂ ਸਿਸਟਮ ਚਾਲੂ ਕੀਤਾ ਬੱਚਿਆਂ ਦੀ ਸਪੋਰਟਸ ਵਾਸਤੇ ਜੀ ਅਸੀਂ 18 ਕਰੋੜ ਦੇ ਕਰੀਬ ਉਹਦੇ ਸਾਲ ਖਰਚ ਕਰ ਰਹੇ ਹਾਂ ਸੋ ਨਾਲ ਹੀ ਲੜਕੀਆਂ ਵਾਸਤੇ ਜਿਹੜਾ ਸੈਂਟਰੀ ਨੈਪਕਿਨ ਅਸੀਂ ਦੇਨੇ ਆ ਉਹਦੇ ਤੇ 10 ਕਰੋੜ ਕਿਉਂਕਿ ਬੱਚੀਆਂ ਨੇ ਉਹਨਾਂ ਵਾਸਤੇ ਅਸੀਂ ਉਹਨਾਂ ਦੇ ਦੇਪਟੈਂਟ ਜਿਹੜੇ ਨੇ ਛੱਟੀ ਨੇ ਉਹਦੇ ਤੇ ਅਸੀਂ 10 ਕਰੋੜ ਰੁਪਏ ਤੇ ਬੰਗਾ ਆ ਕੇ ਦੇ ਰਹੇ ਹਾਂ ਜੀ ਸੋ ਨਾਲ ਹੀ 1500 ਸਕੂਲਾਂ ਲਈ ਜਿਹੜਾ ਆਰੋ ਸਿਸਟਮ ਜਿਹੜਾ ਉਹ ਅਸੀਂ ਹਸਲ ਕਰ ਰਹੇ ਹਾਂ 9 ਕਰੋੜ ਰੁਪਏ ਲਾ ਕੇ ਉਹਦੇ ਤੇ ਬੈਂਚਾਂ ਵਾਸਤੇ ਸੀ ਬੱਚਿਆਂ ਦੇ ਫਰਨੀਚਰ ਵਾਸਤੇ ਬੈਠਣ ਵਾਸਤੇ 23 ਕਰੋੜ ਰੁਪਏ ਖਰਚੇ ਕਰ ਰਹੇ ਹਾਂ ਓਕੇ ਉਸ ਦੇ ਨਾਲ ਨਾਲ ਗ੍ਰੀਨ ਬੋਰਡ ਜਿਹੜੇ ਬੱਚਿਆਂ ਵਾਸਤੇ ਨੇ ਹੂੰ ਉਹਦੇ ਵਾਸਤੇ 2.5 ਕਰੋੜ ਰੁਪਏ ਅਸੀਂ ਖਰਚ ਕਰ ਰਹੇ ਹਾਂ ਮਸ਼ੀਨਾ ਜਿਹੜੀਆਂ ਨੇ ਹਾਜ਼ਰੀ ਸਿਸਟਮ ਵਾਲੀਆਂ ਉਹਦੇ ਤੇ ਅਸੀਂ ਸਾਰਾ ਜਿੰਨੇ ਵੀ ਟੀਚਰਸ ਬਾਣ ਨੇ ਸਾਰੇ ਉੱਥੇ ਆਜੀ ਲਾ ਕੇ ਉਹ ਗੂਠਾ ਲੱਕੂਗਾ ਡਿਜੀਟਲ ਟਾਈਪ ਹਾਂ ਉਹਦੇ ਵਾਸਤੇ ਪਾਣੀ ਪਿਛੇ 6 ਕਰੋੜ ਰੁਪਇਆ ਖਰਚ ਕਰਦੇ ਸੋ ਨਾਲ ਐਡੀਸ਼ਨ ਕਲਾਸ ਰੂਮਾਂ ਵਾਸਤੇ 120 ਕਰੋੜ ਰੁਪਇਆ ਜਿੱਥੇ ਲੋੜ ਹੈ ਕਮਰਿਆਂ ਦੀ ਓਕੇ ਬੱਚਿਆਂ ਕੋ ਕਮਰੇ ਘਟਿਆ ਉੱਥੇ 120 ਕਰੋੜ ਰੁਪਇਆ ਅਸੀਂ ਖਰਚ ਕਰਦੇ ਸੋ ਪੜੋ ਪੰਜਾਬ ਪੜਾਓ ਪੰਜਾਬ ਲਈ 10 ਕਰੋੜ ਰੁਪਇਆ ਅਸੀਂ ਰੱਖਿਆ ਹੂੰ ਨਾਲ ਮਿਡਡੇ ਮੀਲ ਵਾਸਤੇ 310 ਕਰੋੜ ਰੁਪਏ ਖਰਚ ਕਰਦੇ ਹਾਂ ਇਸ ਸਾਲ ਪੰਜ ਨਵੀਆਂ ਡਾਇਟਾਂ ਜਿਹੜੀਆਂ ਨੇ ਉਹ ਅਸੀਂ 20 ਕਰੋੜ ਰੁਪਏ ਦਾ ਬਣਾ ਰਹੇ ਹਾਂ ਸੋ ਅਸੀਂ ਇਸ ਸਾਲ 100 ਕਰੋੜ ਦੇ ਕਰੀਬ ਇਹ ਅਸੀਂ ਖਰਚਾ ਕਰ ਰਹੇ ਹਾਂ ਜੀ ਸੋ ਬੱਚਿਆਂ ਦੀ ਐਜੂਕੇਸ਼ਨ ਲਈ ਅਸੀਂ ਸਾਰਾ ਕਰ ਰਹੇ ਹਾਂ ਸੋ ਸੈਂਟਰ ਦੀਆਂ ਵੀ ਸਕੀਮਾਂ ਨੇ ਹਮ ਹਮ ਪੰਜਾਬ ਸਰਕਾਰ ਵੀ ਕਰ ਰਹੀ ਹੈ ਸੋ ਅਸੀਂ ਰਲ ਕੇ ਐਰਕਾਂ ਪੰਜਾਬ ਦੀ ਐਜੂਕੇਸ਼ਨ ਨੂੰ ਅਸੀਂ ਇਹਦਾ ਲੇਵਲ ਜਿਹੜਾ نیچے ਚਲ ਗਿਆ ਸੀ ਦਸਾਂ 15 ਸਾਲਾਂ ਉਹਨੂੰ ਫੇਰ ਉੱਪਰ ਲਿਆਉਂਦੇ ਤੁਸੀਂ ਇਹ ਦਾਵਾ ਕਰਦੇ ਹੋ ਕਿ ਤੁਹਾਡੇ ਰਿਜ਼ਲਟ ਪ੍ਰਾਈਵੇਟ ਸਕੂਲਾਂ ਨਾਲੋਂ ਬੈਟਰ ਹੋਣਗੇ ਹਾਂ ਸਾਡੇ ਕੋਲ ਬੜੇ ਇੰਟੈਲੀਜੈਂਟ ਟੀਚਰ ਨੇ ਨਹੀਂ ਵੀ ਸਾਡੇ ਕੋਲ ਟੀਚਰਾਂ ਨਹੀਂ ਅਧੀ ਵੀ ਕੋ ਸੈਲਰੀ ਵੀ ਘੱਟ ਨਹੀਂ ਦੇ ਰਹੇ ਲੱਖ ਲੱਖ ਰੁਪਏ ਸੀ ਸੈਲਰੀ ਟੀਚਰਾਂ ਨੂੰ ਦੇ ਰਹੇ ਫਿਰ ਕਿਉਂ ਸਾਡੇ ਰਿਜ਼ਲਟ ਮਾੜੇ ਹੋ ਫਿਰ ਜੇ ਮਾੜੇ ਰਿਜ਼ਲਟ ਹੋਣਗੇ ਫਿਰ ਸਾਡੀ ਕਮਜ਼ੋਰੀ ਹੋਏਗੀ ਅਜ਼ੀਜ਼ਾ ਤੁਸੀਂ ਇਹ ਸੋਚਦੇ ਹੋ ਵੀ ਜੇ ਸਿੱਖਿਆ ਦਾ ਪੱਦਰ ਨਿਵਾਸੀ ਤਾਂ ਸਿਰਫ ਅਧਿਆਪਕਾ ਕਰਕੇ ਸੀ ਸਿਰਫ ਅਧਿਆਪਕਾ ਕਰਕੇ ਨਹੀਂ 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 ਮੈਂ ਕਹਿੰਦਾ ਅਧਿਆਪਕਾ ਨੂੰ ਇਹਦੇ 'ਚ ਕਸੂਰ ਵਾਸਤੇ ਨਹੀਂ ਮੰਨਦਾ ਇਹਦੇ 'ਚ ਸਾਡੇ ਲੈਵਲ ਤੇ ਵੀ ਕਮਜ਼ੋਰੀਆਂ ਸਨ ਅੱਛਾ ਅਜ਼ੀਜ਼ ਸਾਹਿਬ ਤੁਹਾਨੂੰ ਥੋੜਾ ਜਿਹਾ ਮੈਂ ਸਮਾਂ ਪਿੱਛੇ ਲੈ ਕੇ ਜਾਂਦਾ ਹਾਂ ਹਾਂਜੀ ਕਲਾਸ 12ਵੀਂ ਤੇ 11ਵੀਂ ਦੀ ਹਿਸਟਰੀ ਕਿਤਾਬ ਦੇ ਇੱਕ ਕੰਟਰੋਵਰਸੀ ਹੋਈ ਹੂੰ ਉਹ ਕੰਟਰੋਵਰਸੀ ਦੇ ਨਤੀਜੇ ਵੱਜੋਂ ਹਜੇ ਤੱਕ ਤੁਸੀਂ ਕਿਤਾਬ ਨਹੀਂ ਛਾਪੀ ਨਹੀਂ ਨਹੀਂ ਜੀ ਨਹੀਂ ਨਹੀਂ ਵੇਖੋ ਕਿਤਾਬ ਤੇ ਉਦੋਂ ਛਾਪਤੀ ਸੀ ਪਰ ਉਹਦੇ ਨਾਲ ਵਾਅ ਵੇਲਾ ਬੜਾ ਉੱਠਿਆ ਵੀ ਜੀ ਪੰਜਾਬ ਦੀ ਹਿਸਟਰੀ ਜਿਹੜੀ ਆ ਉਹ ਜਿਹੜੀ ਆ ਜੋ ਸਾਡੀ ਹਿਸਟਰੀ ਸੀ ਉਹ ਨਹੀਂ ਕਿਤਾਬ ਚ ਆ ਗਈ ਜੀ ਚਲੋ ਉਹ ਚੀਜ਼ ਮੰਨ ਲਿਆ ਅਸੀਂ ਉੱਪਰਲੇ ਲੈਵਲ ਤੇ ਸੀਐਮ ਸਾਹਿਬ ਨੇ ਸਾਰਿਆਂ ਨੂੰ ਬੁਲਾਇਆ ਉਹਨਾਂ ਦਾ ਕਿ ਚਲੋ ਜੇ ਕਹਿੰਦੇ ਨੇ ਉਹਨਾਂ ਨੇ ਇੱਕ ਕਮੇਟੀ ਬਣਾਤੀ بڑے بڑے ਵਿਦਵਾਨ ਜਿਹੜੇ ਹਿਸਟਰੀ ਦੇ ਮਾਹਰ ਸਨ ਡਾਕਟਰ ਕਿਰਪਾਲ ਸਿੰਘ ਉਹਨੂੰ ਚੇਅਰਮੈਨ ਬਣਾਇਆ ਜਿਹੜੇ ਸਾਡੇ ਵਾਈਸ ਚਾਂਸਲਰ ਰਹੇ ਨੇ ਯੂਨੀਵਰਸਿਟੀਆਂ ਦੇ ਕਿਰਪਾਲ ਸਿੰਘ ਰਹੇ ਨੇ ਹੋਰ ਜਿਹੜੇ ਵਾਈਸ ਚਾਂਸਲਰ ਰਹੇ ਨੇ ਉਹ ਕਮੇਟੀਆਂ ਦੇ ਮੈਂਬਰ ਬਣ ਗਏ ਦੋ ਮੈਂਬਰ ਸ਼ਰੋਮਣੀ ਕਾਲੀਦਾਲ ਦੇ ਜਿਹੜੇ ਅਸੀਂ ਐਸਜੀਪੀਸੀ ਤੇ ਐਸਜੀਪੀਸੀ ਦੇ ਸੌਰੀ ਉਹ ਅਸੀਂ ਦੋ ਮੈਂਬਰ ਉਹਨਾਂ ਦੇ ਲਈ ਸੋ ਉਹਨਾਂ ਨੂੰ ਆਖਿਆ ਵੀ ਤੁਸੀਂ ਆਪ ਹੀ ਸਾਨੂੰ ਜਿਹੜੀ ਇਹ ਕਿਤਾਬ ਜਿਹੜੀ ਤਿਆਰ ਕਰ ਦਿਓ ਮੀਟਿੰਗ ਹੋ ਚੁੱਕੀ ਨਾ ਜੀ ਸਿਲੇਬਸ ਤੁਸੀਂ ਆਪ ਹੀ ਲੈਂਦੇ ਹੋ ਇੱਕ ਮੀਟਿੰਗ ਨਹੀਂ ਇਹਨਾਂ ਦੀ ਕਾਫੀ ਮੀਟੀਆਂ ਹੋ ਚੁੱਕੀਆਂ ਜਿੱਥੋਂ ਤੱਕ ਤੁਸੀਂ ਕਿਹਾ ਵੀ ਅਜੇ ਤੱਕ ਬੁੱਕ ਜਿਹੜੀ ਤਿਆਰ ਨਹੀਂ ਹੋਈ ਵੇਖੋ ਤਿੰਨ ਚੈਪਟਰ ਜਿਹੜੇ ਨੇ ਅਸੀਂ ਅੱਜ ਤੋਂ ਇੱਕ ਮਹੀਨਾ ਪਹਿਲਾਂ ਜਿਹੜੇ ਅਸੀਂ ਬੱਚਿਆਂ ਨੂੰ ਭੇਜਦੇ ਹਾਂ ਵੈਬਸਾਈਟ ਤੇ ਪਾਸ ਉਹ ਚੱਲ ਰਹੇ ਵੈਬਸਾਈਟ ਤੇ ਪਾਸ ਤੇ ਉਹ ਚੱਲ ਰਹੇ ਨੇ ਬਿਲਕੁਲ ਚੱਲ ਰਹੇ ਨੇ ਸੋ ਛੇਤੀ ਜਿਹੜੀ 1 ਮਹੀਨੇ ਡੇਢ ਮਹੀਨੇ ਚ ਸਾਰਾ ਸਾਰਾ ਸਿਲੇਬਸ ਤਿਆਰ ਹੋ ਜਾਣਾ ਕੋਈ ਨੁਕਸਾਨ ਨਹੀਂ ਹੋਇਆ ਬੱਚਿਆਂ ਦਾ ਠੀਕ ਹੈ ਜੀ ਹਾਂ ਸਾਨੂੰ ਮਹੀਨਾ ਮਹੀਨਾ ਡੇਢ ਮਹੀਨਾ ਲਗਾ ਅਸੀਂ ਤਾਂ ਆਪ ਸਕੇ ਉਹਨਾਂ ਨੂੰ ਕਮੇਟੀ ਨੂੰ ਵੀ ਤੁਸੀਂ ਜਿਹੜੀ ਕਮੇਟੀ ਆ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਤੁਸੀਂ ਸਾਨੂੰ ਇਸਤੀ ਦੀ ਕਿਤਾਬ ਤਿਆਰ ਕਰ ਦਿਓ ਸਾਰਾ ਸਿਲੇਬਸ ਉਹ ਇੱ데 ਵਿਦਵਾਨ ਨੇ ਇੱ데 ਮਾਰਨੇ ਇਸਤੀ ਦੇ ਸੋ ਉਹਨਾਂ ਦੀ ਜਿਹੜੀ ਸਿਲੇਬਸ ਤਿਆਰ ਹੋਇਆ ਹੋਵੇਗਾ ਮੈਨੂੰ ਮਿਹਦਿਆ ਇੱਕ ਮਿਸਾਲ ਹੋਏਗੀ ਪੰਜਾਬ ਲਈ ਸੋ ਜਲਦੀ ਜਿਹੜੀ ਆ ਇਹ ਬੁੱਕਸ ਤਿਆਰ ਹੋ ਜਣੀਆਂ ਕਾਫੀ ਚੈਪਟਰ ਇਹਦੇ ਤਿਆਰ ਹੋ ਚੁੱਕੇ ਨੇ ਚਲੋ ਜਿਹੜੇ ਬੱਚੇ ਦਾ ਉਮੀਦ ਕਰਦੇ ਆ ਠੀਕ ਹੋਏਗੀ ਪਰ ਇੱਕ ਚੀਜ਼ ਹੋਰ ਹੈਗੀ ਵਜ਼ੀਰ ਸਾਹਿਬ ਤੁਸੀਂ ਹੈ ਕਿ ਜਿਹੜੀਆਂ ਬਦਲੀਆਂ ਕੀਤੀਆਂ ਮਾਸਟਰਾਂ ਦੀਆਂ ਉਹ ਐਪਲੀਕੇਸ਼ਨਸ ਮੰਗੀਆਂ ਹੀ ਨਹੀਂ ਤੇ ਉਹਦਾ ਪੂਰਾ ਜਿਹੜਾ ਪ੍ਰੋਸੈਸ ਹੈ ਉਹ ਗ੍ਰਾਸ ਰੂਟ ਲੈਵਲ ਦੇ ਨਾਲ ਜੁੜਿਆ ਨਹੀਂ ਰਿਹਾ ਤੇ ਤੁਸੀਂ ਨਾ ਬਿਨਾ ਪੁੱਛੇ ਟੀਚਰਸ ਨੂੰ ਉਹਨਾਂ ਦੀ ਪ੍ਰਵਾਨਗੀ ਲਏ ਜਾਂ ਸਿਰਫ ਐਮਐਲਏ ਦੇ ਕਹਿਣ ਤੇ ਬੰਦੀ ਕਰਤੀ ਇਹ ਕਿਉਂ ਹੋਇਆ ਵੇਖੋ ਗੱਲ ਹੈ ਉਹਨੇ ਮਲੇ ਸੁਬਾਨ ਜਿਹੜੇ ਨੇ ਉਹ ਕੰਸੀ ਚੰਸੀ ਤੋਂ ਨਮਾਇਦੇ ਬਣ ਕੇ ਆਇਆ ਆਪ ਆਪਣੀ ਕੰਸੀ ਚੰਸੀ ਜੀ ਚਾਹੇ ਉਹ اپੋਜੀਸ਼ਨ ਦੇ ਨੇ ਚਾਹੇ ਉਹ ਸਾਡੀ ਰੂਲਿੰਗ ਪਾਰਟੀ ਦੇ ਵੇਖੋ ਉਹਨਾਂ ਨੂੰ ਤੁਸੀਂ ਕਿਹਾ ਉਹਨਾਂ ਦੇ ਥਰੂ ਉਹਨਾਂ ਨੂੰ ਹਰ ਸਕੂਲ ਦਾ ਪਤਾ ਜੀ ਮੇਰੇ ਸਕੂਲ ਚ ਟੀਚਰ ਘਟਦੇ ਪੋਸਟਾਂ ਖਾਲੀ ਪਈਆਂ ਨੇ ਉਹ ਆਪਣੇ ਸਕੂਲਾਂ ਜਗਾਏ ਨੇ ਸਾਰਿਆਂ ਨੇ ਉੱਥੇ ਜਿੰਨੀਆਂ ਪੋਸਟਾਂ ਜਿੰਨੀਆਂ ਜਿੰਨੀਆਂ ਖਾਲੀ ਪਈਆਂ ਸੀ ਅਸੀਂ ਕੋਈ ਇਸੇ ਟੀਚਰ ਨੂੰ ਚੇਂਜ ਨਹੀਂ ਕੀਤਾ ਅਜੀ ਖਾਲੀ ਪੋਸਟਾਂ ਨੇ ਟੀਚਰ ਭੇਜੇ ਨੇ ਹਮਮ ਖਾਲੀ ਪੋਸਟਾਂ ਨੇ ਟੀਚਰ ਭੇਜੇ ਨੇ ਵੇਕੈਂਟ ਪੋਸਟਾਂ ਦੇ ਅਸੀਂ ਲਾਏ ਨੇ ਟੀਚਰ ਸੋ ਵੇਖੋ ਐਮਐਲਏ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਹੁੰਦਾ ਲੋਕ ਹੀ ਕਹਿੰਦੇ ਨੇ ਜਾ ਕੇ ਐਮਐਲਏ ਨੂੰ ਲੋ ਐਮਐਲਏ ਆਪ ਵੀ ਵੇਖਦੇ ਉਹਨਾਂ ਦਾ ਫਰਜ਼ ਵੀ ਮੰਨਦਾ ਸੋ ਅਸੀਂ ਅੱਜ ਕੋਈ ਛੱਕ ਨਹੀਂ ਕਿ ਐਮਐਲਏ ਨੇ ਜਿਹੜੀਆਂ ਲਿਸਟਾਂ ਭੇਜੀਆਂ ਨੇ ਅਸੀਂ ਬਦਲੀਆਂ ਨਹੀਂ ਕੀਤੀਆਂ ਅਸੀਂ ਕੀਤੀਆਂ ਨੇ ਉਹ ਅਸੀਂ ਪੰਜਾਬ ਦੇ ਹਿੱਤ ਲਈ ਪੰਜਾਬ ਦੀ ਐਜੂਕੇਸ਼ਨ ਨੇ ਕੀਤੀਆਂ ਨੇ ਜਿੱਤੋਂ ਤੱਕ ਸਵਾਲ ਹੈ ਤੁਸੀਂ ਆਖਿਆ ਹੈ ਸਿਸਟਮ ਤੱਕ ਨਹੀਂ ਉਹ ਗਿਆ ਕੰਮ ਹੈ ਐਰ ਕਾਂ ਬਦਲੀਆਂ ਜਿਹੜੀਆਂ ਉੱਪਰਲੇ ਲੈਵਲ ਤੇ ਹੋਈ ਜਾਣੇ ਜਿੰਨੂੰ ਕਿਸੇ ਨੂੰ ਅਸੀਂ ਅਖਬਾਰਾਂ 'ਚ ਦਿੱਤਾ ਸੀ ਕਿ ਜਿੰਨੇ ਬਦਲੀ ਕਰਾਉਣੀਆਂ ਅਸੀਂ ਬਦਲੀਆਂ ਕੀਤੀਆਂ ਨੇ ਜਿਹੜੀਆਂ ਸਾਡੀਆਂ ਬੇਟੀਆਂ ਹੂੰ ਜਿਹੜੀਆਂ 2-200 ਕਿਲੋਮੀਟਰ ਤੇ ਜਾਂਦੀਆਂ ਸੀ ਕੋਈ ਵੀ ਐਪਲੀਕੇਸ਼ਨ ਆਲ ਕੇ ਜਿੰਨੇ ਦਿੱਤੀ ਉਹਦੀ ਬਦਲੀ ਕੀਤੀ ਹੂੰ ਅਜੀ ਬਦਲੀ ਕੀਤੀ ਹੈ ਵਿਧਵਾ ਜਿਹੜੀਆਂ ਸਡੀਆਂ ਸੀਆਂ ਜਿਹੜੀਆਂ ਟੀਚਰ ਨੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਅਸੀਂ ਹੈਂਡੀਕੈਪਸ ਕੈਂਸਰ ਪੇਸ਼ੈਂਟ ਕਿਡਨੀ ਪੇਸ਼ੈਂਟ ਬੜੇ ਬੜੇ ਲੋਡਬੰਦ ਜਿਹੜੇ ਸੀ ਨਾ ਜਿਨ੍ਹਾਂ ਦੀ ਕਦੀ ਬਦਲੀ ਹੋਈ ਨਹੀਂ ਸੀ ਅਸੀਂ ਉਹਨਾਂ ਦੀਆਂ ਬਦਲੀਆਂ ਕੀਤੀਆਂ ਮੈਂ ਤੁਹਾਨੂੰ ਪਤਾ ਬਦਲੀਆਂ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਕਿ ਜੇ ਕਿਸੇ ਨੂੰ ਕੋਈ ਗੜਬੜ ਵਾਲਾ ਕੰਮ ਲੱਗਦਾ ਕੋਈ ਟੀਚਰ ਪੈਸੇ ਦੇ ਕੇ ਬਦਲੀ ਕਰਾਏਗਾ ਆਲ ਕੇ ਦੱਸ ਸਕਦਾ ਸੀਕ੍ਰੀਟ ਦੱਸ ਸਕਦਾ ਉਹਨੂੰ 5 ਲੱਖ ਰੁਪਏ ਨਾਮ ਹੀ ਦੇ। ਜੀ। ਸੋ ਗੱਲ ਆ ਬਦਲੀਆਂ ਐਰਕਾਂ ਤੁਹਾਨੂੰ ਇਹ ਕੁ ਸਾਰਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਇਸ ਗੱਲ ਦੀ ਵੀ ਬਦਲੀਆਂ ਬੜੇ ਚੰਗੇ ਤਰੀਕੇ ਨਾਲ ਹੋਈਆਂ ਨੇ ਕਿਸੇ ਕਿਸਮ ਦੀ ਕੋਈ ਗੜਬੜ ਇਹਦੇ ਚ ਹੋਈ ਨਹੀਂ ਲੋਡ ਬੰਦ ਦੀ ਬਦਲੀ ਹੋਈ ਆ ਜਾਂ ਜਿੱਥੇ ਸਾਡੇ ਪੋਸਟਾਂ ਟੀਚਰਾਂ ਦੀ ਲੋਡ ਸੀ ਉੱਥੇ ਬਦਲੀਆਂ ਹੋਈਆਂ ਨੇ। ਸੋ ਇਹ ਨਹੀਂ ਕਿ ਤੁਸੀਂ ਸ਼ਹਿਰਾਂ 'ਚ ਟੀਚਰ ਲਾ ਦਿਓ ਪਿੰਡਾਂ 'ਚ ਖਾਲੀ ਕਰ ਦਿਓ ਉਹ ਸਿਸਟਮ ਨਹੀਂ ਅਸੀਂ ਕੀਤਾ। ਅਸੀਂ ਸ਼ਹਿਰਾਂ 'ਚ ਟੀਚਰ ਜਿਹੜੇ ਨੇ ਪਿੰਡਾਂ 'ਚ ਭੇਜੇ ਨੇ ਜਿਹੜੇ ਸਰਪਲਸ ਠੀਕ ਹੈ ਜੋ ਗੱਲ ਆ ਅਸੀਂ ਕੰਮ ਕੀਤਾ ਬਿਲਕੁਲ ਠੀਕ ਬਿਲਕੁਲ ਠੀਕ ਬਦਲੀਆਂ ਜਿਹੜਾ ਸਰਕਾਰ ਦਾ ਰਾਈਟ ਹੈ ਬਦਲੀਆਂ ਕਰਨਾ ਠੀਕ ਹੈ ਉਹ ਮੰਨਦੇ ਸਿਸਟਮ ਦਾ ਬਦਲੀਆਂ ਹੋਈਆਂ ਨੇ ਵਜ਼ੀਰ ਸਾਹਿਬ ਵਕਤ ਇਜਾਜ਼ਤ ਨਹੀਂ ਦੇ ਰਿਹਾ ਖਾਸ ਮੁਲਾਕਾਤ ਦਾ ਸਮਾਂ ਖਤਮ ਹੁੰਦਾ ਤੇ ਦਰਸ਼ਕਾਂ ਤੋਂ ਆਗਿਆ ਮੰਗਦੇ ਆ ਕੁਝ ਦੇਰ ਬਾਅਦ ਫਿਰ ਖਾਸ ਮੁਲਾਕਾਤ ਦੇ ਵਿੱਚ ਕਿਸੇ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਰਜਿੰਦਰ ਸਿੰਘ ਤੱਗੜ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ